ਸਤਿ ਸ਼੍ਰੀ ਅਕਾਲ ਦੋਸਤੋ, ਚੜ੍ਹਦੇ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਆ। ਅਤੇ ਮਾਤੇ ਜੀ ਦਾ ਮਤਲਬ ਸੀਗੇ ਅੱਜ ਘਰ ਰਹੇ ਨਾ, ਸਰਜੀ ਹਨੀ ਦੇ ਪਾਪਾ ਦਾ ਅੱਜ ਸੀਗਾ ਬਰਥਡੇ, ਅਤੇ ਸੁਬਹਾ ਤੋਂ ਸਾਰੇ ਕਿਸੇ ਵੀ ਫੈਮਿਲੀ ਮੈਂਬਰ ਨੇ ਮੈਨੂੰ ਵਿਸ਼ ਨਹੀਂ ਕੀਤਾ ਹੈ ਨਾ। ਆਪਾਂ ਉਹਨਾਂ ਵਾਸਤੇ ਇੱਕ ਛੋਟੀ ਜਿਹੀ ਬਰਥਡੇ ਪਾਰਟੀ ਸਰਪ੍ਰਾਈਜ਼ ਕੀਤੀ ਸੀਗੀ, ਅਤੇ ਆਪਾਂ ਉਹਨਾਂ ਵਾਸਤੇ ਮੈਂ ਤਾਂ ਕੇਕ ਬਣਾ ਕੇ ਲਿਆਉਂਦਾ ਸੀਗਾ, ਅਤੇ ਉਹ ਸਾਨੂੰ ਹੈ ਨਹੀਂ ਗੇ ਘਰ ਹੈ ਨਾ, ਅਤੇ ਜਦੋਂ ਉਹ ਆਉਣਗੇ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਗਾ। ਮਾਸਟਰ ਜੀ ਦਾ ਵੇਟ ਹੋ ਰਿਹਾ, ਅਤੇ ਬਸ ਉਹ ਅਸੀਂ ਉੱਪਰੋਂ ਕੋਠੇ ਤੋਂ ਦੇਖ ਕੇ ਆਏ ਹੈ ਨਾ, ਬਸ ਉਹ ਘਰ ਵੀ ਨਹੀਂ ਆ ਹੀ ਰਹੇ ਸੀਗੇ, ਅਤੇ ਹੋਣਗੇ ਜਦੋਂ ਉਹਨਾਂ ਨੂੰ ਪਤਾ ਵੀ ਸਾਰੇ ਘਰ ਦੇ ਵਿੱਚ ਕੋਈ ਨਹੀਂ ਦਿਖ ਰਿਹਾ, ਤਾਂ ਫਿਰ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਨੇ ਡਰਾਇੰਗ ਰੂਮ ਦਾ ਗੇਟ ਖੋਲ੍ਹਣਾ, ਅਤੇ ਆਪਾਂ ਉਹਨਾਂ ਨੂੰ ਵੇਟ ਕਰਦੇ ਹਾਂ ਨਾ ਇੱਥੇ। ਇੱਧਰ ਆ ਲੋ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਥੈਂਕ ਯੂ ਇੱਧਰ ਬੈਠੋ। ਕੀ ਲੱਗਦਾ ਜੀ ਤੁਹਾਨੂੰ? ਸਮਾਰ ਕੇ ਫੋਟੋ ਆਏਗੀ ਯਾਰ, ਕਿਤੇ ਸੱਤ ਸੁੱਤੀ ਨਾ ਵਿਚੋਲੀ ਬਣੇ ਉਹਨੂੰ ਹੈ ਨਾ।
ਜਿਹੜੀ ਚੀਜ਼ ਤੁਹਾਨੂੰ ਪੀਣ ਤੋਂ ਰੋਕਦੇ ਦੇਖ ਲਾ ਤੁਹਾਨੂੰ ਉਹੀ ਲੈ ਕੇ ਦਿੱਤੀ ਪਾਰਟੀ ਬਣ ਗਈ ਪਾਰਟੀ ਬਣ ਗਈ ਤੁਸੀਂ ਮੋਫਰ ਦੀ ਜਿਹੜੇ ਦੇਖੇ ਅਸੀਂ ਵੀ ਰੱਖੋ ਕਿ ਅਸੀਂ ਕੇਕ ਅਸੀਂ ਖਾਣੇ ਰੱਖ ਲਓ ਟੇਬਲ ਤੇ ਖੋਲ ਕੇ ਪੁਜੀ ਆ ਭਾਜੀ ਤੁਹਾਡੇ ਕੋਲੇ ਪਿਆ ਹੈ ਗਲਾਸ ਤੁਹਾਡੇ ਕੋਲੇ ਪਿਆ ਸੀ ਦੋ ਗਾਣੇ ਹੈਗੇ ਕੇਕ ਹੈਗਾ ਆਹ ਖੋਲ ਕੇ ਰੱਖ ਲਓ ਆਪਦੀ ਚਲੋ ਖੋਲ ਲਓ ਫਿਰ ਖੋਲੋ ਆਪਣੀ ਹੈ ਅੱਛਾ 45 ਸਾਲ ਤੁਸੀਂ ਮਤਲਬ ਪਹਿਲੇ ਵਾਰੀ ਬਰਥਡੇ ਮਨਾਇਆ ਹੈ ਪਹਿਲੀ ਵਾਰ ਪਹਿਲਾਂ ਕੌਣ 45 ਸਾਲ ਲੱਗਾ ਮੈਂ ਤੇ ਖੋਦ 47 ਸੀ 47 ਦਾ 47 ਦਾ ਚਾਲੂ ਹੋਇਆ ਹੈ 47 ਦੇ ਹੋ ਗਏ ਤੁਸੀਂ ਚਲੋ ਫਿਰ ਇੱਕ ਸਾਲ ਦਾ ਕਰ ਇੱਕ ਸਾਲ ਦਾ ਬਾਪੂਰ ਦੇ ਵਰਕ ਕਰਦੇ ਨਾ ਮੈਂ ਸਮਝਿਆ ਨਹੀਂ ਕਹਿੰਦੇ ਇੱਕ ਸਾਲ ਦਾ ਕਹਿੰਦੇ ਚਲ ਸਕੂਲਾਂ ਚ ਲਾਉਣ ਦੇ ਮਾਰੇ ਵੱਡੀ ਉਮਰ ਕਹਿ ਦਿੰਦੇ ਹੁੰਦੇ ਸੀ ਐਵੇਂ ਹਨਾ ਬੇਬੇ ਦਾ ਕਹਿੰਦੀ ਉਦੋਂ ਬਾਂਸੜੀ ਆ ਉਹਦੀ ਕਹਿੰਦੀ ਮਿੱਠੀ ਰੁਕੀਆਂ ਲਾਈਆਂ ਬੇਬੇ ਲੱਗ ਗਈ ਕੀ ਪਤਾ ਲੱਗੇ ਆਏ ਸਾਲ ਹੁੰਦਾ ਬਾਂਸੜੀ ਦਾ ਆਏ ਸਾਲ ਹੀ ਆਉਂਦਾ ਬਾਪੂ ਕਹਿੰਦਾ ਉਦੋਂ ਆਪਣੇ ਪਿੰਡ 6 ਸਰਪੰਚ ਮਾਰਿਆ ਸੀਗਾ ਮੈਨੂੰ ਵੀ ਪਤਾ ਨੀ ਕਦੋਂ ਮਾਰੀਗਾ ਕਹਿੰਦਾ ਉਦੋਂ ਤੋਂ 1.5 ਸਾਲ ਦੀ ਪਤਾ ਨੀ 16 ਸਾਲ ਦਾ ਸੀਗਾ ਅੱਛਾ ਤੂੰ 6 ਸਰਪੰਚ ਹਾਂ ਠੀਕ ਹੈ ਬਰਥਡੇ ਯਾਦ ਰੱਖਣ ਦਾ ਤਾਂ ਸਹੀ ਹੈ ਉਸੇ ਹਿਸਾਬ ਨਾਲ ਮਚਦੀ ਹਾਂ ਹੁਣ ਮੈਨੂੰ ਕਿਸੇ ਨੂੰ ਪਤਾ ਹੋਵੇ ਪਿੰਡ 'ਚ ਵੀ ਉਹ ਕਦੋਂ ਵਿਚਾਰਾ ਮਾਰਿਆ ਮੈਨੂੰ ਸਮਝ ਨੀ ਆਈ ਕੱਲ ਦੀ ਕੱਲ ਵੀ ਦਾੜੀ ਜੀ ਕਦੋਂ ਕਾਲੀ ਕਰਵਾਤੀ ਤਾੜੀ ਕਰਾਈ ਜਾਂਦੀ ਸੀ ਮਤਲਬ ਕੱਲ ਤੋਂ ਚੀਜ਼ਾਂ ਤਾਂ ਹਜੇ ਹੋਰ ਵੀ ਰਹਿ ਗਏ ਕਪੂਰ ਦੇ ਰਹਿ ਗਏ ਮੰਮੀ ਕਿਹੜੀ ਵੀ ਰਹਿ ਗਈ ਹਾਂ ਹਾਂ ਸਰ ਉਹ ਇੱਕ ਗਿਫਟ ਆਪਾਂ ਤੁਹਾਨੂੰ ਦੇਵਾਂਗੇ 16 ਤਰੀਕ ਨੂੰ ਅਤੇ ਇੱਕ ਤੁਹਾਨੂੰ ਦੇ ਦਿੱਤਾ ਇੱਕ ਜਗ੍ਹਾ ਹੋਰ ਦੇ ਦਿੰਦਾ 16 ਰੁਪਏ ਇਹਦੇ ਨਾਲ ਦੀ ਆ ਤੁਸੀਂ ਮੈਨੂੰ ਆਹ ਕਿਤੇ ਜਾਲੇ ਪਸੰਦ ਆ ਉਹ ਲਿਆਵਾਂ ਨਹੀਂ ਕੋਈ ਪੈਕ ਤਾਂ ਅਸੀਂ ਲਾ ਰੱਖਿਆ ਪਹਿਲੀ ਉਹਨੂੰ ਲਾ ਰੱਖਿਆ ਹੋਵੇ ਲਾ ਰੱਖਿਆ ਮਤਲਬ ਜੀ ਕਹੀ ਆ ਨਾ ਇਹ ਨਾ ਕੋਈ ਨਾਲੇ ਕੱਲ੍ਹ ਸਾਹ ਪਈ ਸੀ ਲਾਉਂਦੀ ਜੀ ਕਾਹਦੀ ਪੈਕ ਜੀ ਐਂ ਲਾ ਪਿੱਤਾ ਜਦੋਂ ਸਾਹ ਪਾਈ ਆ ਵੀ 12 ਘੰਟੇ ਕਰਾਉਣ ਨੂੰ ਕਹਿੰਦਾ ਅੱਛਾ 12 ਘੰਟੇ ਨਹੀਂ ਸਾਉਂਦੀ ਤੜਕੀ ਪਾਈ ਸੀ 7 ਵਜੇ ਐਡਾ ਵੱਡਾ ਮੂੰਜੀ ਨਾਲ ਲਗਾ ਲਾ ਉੱਤੇ ਥੋੜਾ ਜਿਹਾ ਐਡਾ ਲੈਪੀ ਸਾਰੇ ਬਾਹਰ ਚੱਲਦੇ ਫੋਟੋ ਖਿੱਚਦੇ ਆ ਸਾਹਮਣਾ